ਸਰਨਪ੍ਰੀਤ ਸਿੰਘ ਕੀ ਕਹਿੰਦੇ ਵੀ ਤੁਹਾਡਾ ਮਤਲਬ ਕੜਾ ਪਹਿਣ ਕੇ ਜਾ ਨਹੀਂ ਸਕਦੇ ਤੁਸੀਂ ਅੰਦਰ ਉਹ ਅਗਰ ਇਹਨਾਂ ਦੇ ਕੋਈ ਚਾਹੁੰਦੇ ਵੀ ਕੜਾ ਉਤਾਰ ਦੇਣ ਮੈਂ ਉਤਾਰ ਵੀ ਦਿੰਦਾ ਕਿਉਂਕਿ ਕਾਲਜ ਦਾ ਹੈਗਾ ਨਹੀਂ ਉਤਾਰ ਕਿਉਂ ਦਿੰਦੇ ਕੜਾ ਤਾਂ ਇਹ ਧਾਰਮਿਕ ਨਿਸ਼ਾਨੀ ਹੈ ਇਹ ਉਤਾਰ ਆਵਾਜ਼ ਨਹੀਂ ਸਕਦੇ ਇਹ ਤੁਹਾਡਾ ਨਾਮ ਕੀ ਪਿਛਲੀ ਵਾਰੀ ਲੈ ਕੇ ਗਏ ਸੀ ਪੇਪਰ ਹਾਂਜੀ ਕੋਈ ਓਬਜੈਕਸ਼ਨ ਨਹੀਂ ਕੀਤੀ ਠੀਕ ਹੈ ਕੜਾ ਕਿਵੇਂ ਉਤਾਰ ਸਕਦੇ ਅੰਦਰ ਕੀ ਪ੍ਰੋਬਲਮ ਹੋ ਰਹੀ ਹਾਂ ਚਲੋ ਤੇ ਹੁਣ ਇਹ ਕੀ ਕਹਿੰਦੇ ਵੀ ਉਤਰਾ ਵੀ ਕੜਾ ਤੁਸੀਂ ਪਾ ਕੇ ਅੰਦਰ ਨਹੀਂ ਜਾ ਸਕਦੇ ਹਾਂਜੀ ਤੇ ਤੁਹਾਡਾ ਕੀ ਨਾਮ ਕੀ ਤੁਹਾਡਾ ਦੱਸਿਆ ਸੀ ਤਰਨਪ੍ਰੀਤ ਸਿੰਘ ਤੇ ਕਿੱਥੋਂ ਆਏ ਹੋ ਤੁਸੀਂ ਅਬੋਹਰ ਤੋਂ ਤੇ ਇਹ ਪੋਲੀਟੈਕਨਿਕ ਕਾਲਜ ਦਾ ਨਾਮ ਕੀ ਹੈ ਰੀਜਨਲ ਪੋਲੀਟੈਕਨਿਕ ਕਾਲਜ ਅੱਛਾ ਇਹ ਕਹਿੰਦੇ ਵੀ ਕੜਾ ਜਿਹੜਾ ਹੈਗਾ ਵੀ ਤੁਸੀਂ ਪਾ ਕੇ ਅੰਦਰ ਨਹੀਂ ਜਾ ਸਕਦੇ ਹਾਂਜੀ ਆ ਦੇਖ ਲਓ ਜੀ ਵੀ ਪੰਜਾਬ ਦੇ ਵਿੱਚ ਵੀ ਇਹ ਹਾਲਾਤ ਹੈਗੇ ਤੇ ਕੜਾ ਦਿਖਾਇਓ ਤੁਸੀਂ ਆਪਦਾ ਆਹ ਕੜਾ ਹੈ ਜੀ ਇਹਨਾਂ ਦੇ ਦੇਖੋ ਬਿਲਕੁਲ ਪਤਲਾ ਪਾਇਆ ਪਿਆ ਕੋਈ ਇਸ ਤਰ੍ਹਾਂ ਨਹੀਂ ਵੀ ਕੋਈ ਕੜਾ ਕੋਈ ਜਿਹੜੇ ਵੀ ਕੋਈ ਇਸ ਤਰ੍ਹਾਂ ਦਾ ਕੜਾ ਪਾਇਆ ਹੋਵੇ ਜਿਹਦੇ ਨਾਲ ਕੋਈ ਖਤਰਾ ਹੋ ਸਕਦਾ ਹੋਵੇ ਸਾਰਾ ਤੁਸੀਂ ਕੜਾ ਉਤਰਵਾ ਰਹੇ ਹੋ ਜੀ ਇਹ ਅਸੀਂ ਪੰਜਾਬ ਦੇ ਵਿੱਚ ਖੜੇ ਹਾਂ ਕੋਈ ਅਸੀਂ ਤਰ ਮੈਂ ਪੁੱਛ ਰਿਹਾ ਜੀ ਤੁਸੀਂ ਸਰਨਪ੍ਰੀਤ ਦਾ ਕੜਾ ਉਤਰਵਾ ਰਹੇ ਹੋ ਜੀ ਸਰ ਮੈਂ ਪੁੱਛ ਰਿਹਾ ਜੀ ਤੁਹਾਨੂੰ ਸਰਨਪ੍ਰੀਤ ਦਾ ਕੜਾ ਰਹਾ ਰਹੇ ਹੋ ਜੀ ਤੁਸੀਂ ਤੁਹਾਡੇ ਕੋਲ ਕਿਹੜਾ ਰਾਈਟ ਹੈ ਸਰ ਸਰ ਤੁਹਾਡੇ ਕੋਲ ਰਾਈਟ ਕਿਹੜਾ ਜੀ ਮੈਂ ਇਹਦੇ ਪੱਤਰਕਾਰ ਹਾਂ ਜੀ ਆਹ ਦੇਖੋ ਜੀ ਇਹ ਬਿਲਕੁਲ ਕਹਿੰਦੇ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਤੇ ਇਹ ਕੜਾ ਤਰਵਾ ਰਹੇ ਆ ਤੇ ਮੈਂ ਹੁਣ DSP ਬਠਿੰਡਾ ਨੂੰ ਤੇ SSP ਬਠਿੰਡਾ ਨੂੰ ਮੈਂ ਫੋਨ ਕਰ ਰਿਹਾ ਤੁਹਾਡਾ ਨਾਮ ਕੀ ਹੈ ਸਰ ਸਰ ਤੁਹਾਡਾ ਨਾਮ ਕੀ ਹੈ ਜੀ ਸਰ ਪ੍ਰੀਤ ਤੁਹਾਡਾ ਨਾਮ ਕੀ ਹੈ ਜੀ ਸਰ ਤੁਹਾਡਾ ਨਾਮ ਕੀ ਹੈ ਜੀ ਸਰ ਕੜਾ ਨਹੀਂ ਉਤਰਵਾ ਸਕਦੇ ਜੀ ਤੁਸੀਂ ਸਰ ਕੜਾ ਉਤਰਵਾ ਨਹੀਂ ਸਕਦੇ ਜੀ ਤੁਸੀਂ ਸਰ ਕੜਾ ਨਹੀਂ ਉਤਰਵਾ ਸਕਦੇ ਜੀ ਤੁਸੀਂ ਪਲੀਜ਼ ਸਰ ਬੋਲੋ ਜੀ ਆ ਬੇਟੇ ਕੜਾ ਦਿਖਾਇਓ ਜਿਹੜਾ ਤੁਹਾਡਾ ਉਤਰਵਾ ਰਹੇ ਹੈ ਆਹ ਕੜਾ ਹੈ ਜੀ ਆ ਇਹਦਾ ਕੜਾ ਉਤਰਵਾ ਰਹੇ ਹੈ ਆ ਪ੍ਰੈਸ ਵਾਲਿਆਂ ਦਾ ਫੋਨ ਵੀ ਆ ਰਿਹਾ ਪ੍ਰੈਸ ਆ ਰਹੀ ਹੈ ਇੱਥੇ ਇਹਨਾਂ ਨੂੰ ਅੱਜ ਬਹੁਤ ਵੱਡਾ ਇਸ਼ੂ ਆ ਇਹ ਤੇ ਆਹ ਦੇਖ ਲਓ ਜੀ ਆਹ ਜਿਹੜਾ ਕੜਾ ਉਤਰਵਾ ਰਹੇ ਹੈ ਇਹ ਮਤਲਬ ਆਹ ਪੇਰੈਂਟਸ ਖੜੇ ਆ ਸਾਰੇ ਪੇਰੈਂਟਸਾਂ ਦੇ ਸਾਹਮਣੇ ਆਹ ਹੈਗੇ ਜਿਹੜੇ ਕੜਾ ਉਤਰਵਾ ਰਹੇ ਹੈ ਆਹ ਕੜਾ ਉਤਰਵਾ ਰਹੇ ਹੈ ਆਹ ਕੜਾ ਉਤਰਵਾ ਰਹੇ ਹੈ ਜੀ ਇਹ ਸਰ ਪਤਾ ਕੀ ਕੜਾ ਮੈਨੂੰ ਫੜਾ ਦਿਓ ਮੈਂ ਬੱਚੇ ਦੇ ਪਾਇਆ ਉਹ ਜੋ ਸ਼ਖਸ ਆ ਰਹੇ ਆ ਉਹਨੇ ਜਿਹੜਾ ਪੱਗ ਤੋਂ ਬਿਨਾਂ ਵਾਲਾ ਸ਼ਖਸ ਹੈ ਉਹਨੇ ਜਿਹੜਾ ਹੈਗਾ ਕੜਾ ਲਾਇਆ ਹੁਣ ਕਿਸੇ ਵੀ ਗੱਲ ਦਾ ਉਹ ਜਵਾਬ ਨਹੀਂ ਦੇ ਰਹੇ ਤੇ ਭੱਜ ਗਏ।